یا مدبر الامور یا باعث من فی القبور یا مجری البحور یا ملین الحدید لداود علیہ السلام رحمن اللہ صفی ادا بچھائی قبول فرما مومنین عزداراں دا ٹریا قبول فرما جڑے ہاتھ التماس دعا واسطے اٹھن امین پیا دین رحمن اللہ کہیں کمینے دے محتاج نہ بڑھاویں اس وقت تک کہیں مومن مومن نو موت نہ دیویں جس وقت تک اس جا دی زیارت نہ ہوئے بے حلال او جا جتھے بہن ویدھی رہی ویرا گسداری اے تہاڈی ہے نہیں امین ہے اگلی دعائی منگدا رحمان اللہ اس وقت تک بھی کہیں مومن مومن نو موت نہ دیویں جس وقت تک اس جا دی زیارت نہ ہوئے او جا جتھاں شام وچ علی دی دھی بہ کے سفر کرنی رہی وارث حق حجت خدا والی دو جہاں دی ظہور رحمان اللہ تاجیل فرما دعا دی قبولیت واسطے ہادی دی آمد واسطے مل کے صلوات پڑھو اللہم صلی علی محمد و کافی مجمع صلوات دی آواز تھوڑی ہے تھکے نہیں بیٹھے تو مل کے صلوات پڑھو اللہم بابا اجازت ہے میں ذکر پاک شروع کراں اعوذ باللہ السمیع العلیم بسم اللہ الرحمن الرحیم صلوات الحمد للہ رب العالمین السلام تو وسلام والا اشرف الانبیاء والمرسلین صلوات الصلاۃ والسلام والا غزنفر و شجاع المظفر والد شبیر و شبار یا صبح دین امیر المومنین رب یسر ولا تو اسیر وتمم بالخیر حسبنا اللہ ونعم الوکیل نعم المولا ونعم النصیر بابا جی خان جی ہر مجلس تیادرانہ اس زبان دا کیڑا فائدہ جڑی دیرے تکین بولن نہ دے تو قرآن لے چپ کر جاوے جڑے ہاتھ بدی بیٹھے ہو پڑھا قرآن دی آیت ہے اللہ ہو یا بدول خلقا یہ ہاتھ روز رضا نلوس ہوئے سم یعید ہو سم الہ ترجون سید الاولیاء امام الہدا امیر المومنین سید دے تو ہن وعدیں تڑی قید رہائے میں صدقے جاواں بسم اللہ کراں یزید دے سجاد وطن تے ولوان تیریاں قیداں رہائیں چاچا قیدی دی کہے چھٹے خوش ہوندا امام دی رات ودھ پئی ہے پتر دا سہارا لے کے اندے پاسے دیکھ کے فرمے تو ہن وعدیں
ਤੇਰੀ ਕੈਦ ਰੀ ਆਏ ਮੇਰਾ ਸਾਰਾ ਪੂਰ ਮਰਾ ਗੇ ਸੈਯਦਾ ਦੇ ਤੇਰੇ ਸ਼ਾਰ ਦੇ ਵਿੱਚ ਰੀਹਾਂ ਰਾਤ ਰੋਂਦਾ ਵੋ ਮੈਂ ਮਈਆ ਥਮ ਸ਼ੀਰ ਦਾ ਮਰਹਬਾ 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 ਸਦਕੇ ਜਾਵਾਂ ਸੈਯਦਾ ਦੇ ਤੇਰੇ ਸ਼ਾਰ ਦੇ ਵਿੱਚ ਰੀਹਾਂ ਰਾਤ ਰੋਂਦਾ ਵੋ ਮੈਂ ਮਈਆ ਥਮ ਸ਼ੀਰ ਦਾ ਰੋਣਾ ਹੀ ਤਾਂ ਸਾਰ ਚਾ ਸੈਯਦਾ ਦਾ ਮੈਨੂੰ ਨਹੀਂ ਭੁੱਲਦਾ ਕਿਵੇਂ ਭੈਣ ਮੇਰੀ ਟੁਰੀ ਮਹਿਲਾ ਚੋਲਾ ਪਾ ਕੇ ਤੇਰੇ ਸ਼ਾਰਦ ਵਸਦੇ ਹੱਸਦੇ ਹਨ ਓ ਜਦਾਂ ਆਇਆ ਭੈਣ ਦਫਨਾ ਚਲੋ ਹਾਂਜੀ ਢੇਰ ਬੰਦੇ ਜਿਨ੍ਹਾਂ ਦੀਆਂ ਅੱਖਾਂ ਵਸ ਪਈਆਂ ਜਿਨ੍ਹਾਂ ਹਾਏ ਨਹੀਂ ਕੀਤੀ ਮੈਂ ਵਹਿਣ ਵੀ ਆ ਕਰੇ ਨਾ ਜਿਸ 'ਤੇ ਸੈਯਦ ਆਦੀ ਮੁਹਰ ਇਮਾਮ ਫਰਮਦਨ ਵਤਨ 'ਤੇ ਵਹਿਣਾ ਲੁੱਟ ਕਰ ਬਲਾ ਦੀ ਦੇ ਸਰ ਸ਼ਹਦਾ ਦੇ ਬਸ਼ੀਰ ਮੁਹਾਰੀ ਦੇ ਤ੍ਰੈ ਮਹਮਲ ਦੇ ਆਹਦ ਤ੍ਰੈ ਮਹਮਲ ਦੇਣਾ ਬਸ਼ੀਰ ਮੁਹਾਰੀ ਦੇਣਾ ਸਰ ਸ਼ਹਦਾ ਦੇਣਾ ਲੁੱਟ ਜੂ ਮੰਗਣਾ ਕੋਈ ਲੁੱਟਣ ਵਾਲਾ ਹੈ ਜਾਦਹਾਈ ਜਿਤਨੀ ਬਚ ਗਈ ਹੈ ਲੈ ਲੈ ਬਾਕੀ ਦੀ ਕੀਮਤ ਬਣਾ ਲੈ ਬਾਬਾ ਜੀ ਕੀਮਤ ਨਾ ਮੈਂ ਮਾਂ ਮਿੱਟੀ ਤੇ ਜਾਣ ਪੈਣ ਇਹਦੇ ਪਾਸੇ ਡੇ ਕੇ ਰੋ ਰੋ ਕੇ ਫਰਮੈਂਦਨ ਮੇਰੇ ਪਿਓ ਦੀ ਉਂਗੇ ਲੈਦਾ ਕਿਆ ਦੇਸੇ ਜਿਹੜੀ ਕੱਟੀ ਆਣ ਜਮਾਲੇ ਵਿੱਚ ਬੁਰ ਕੇ ਹਲ ਯਾ ਹੁਸੈਨ ਸਦਕੇ ਹੋ ਜਾਵਾਂ ਬਿਸਮਿਲਾ ਕਰਾਂ ਮੇਰੇ ਪਿਓ ਦੀ ਉਂਗਲ ਦਾ ਕਿਆ ਦੇਸੇ ਜਿਹੜੀ ਕੱਟੀ ਆਣ ਜਮਾਲੇ ਵਿੱਚ ਬੁਰ ਕੇ ਹਾਲ ਮੈਡੀਆਂ ਭੈਣਾਂ ਦੇਵੋ ਜਿਹਦੀ ਕੀਮਤ ਭਰੋਂ ਮੁਹਾਲ ਚਾਰ ਮਿੰਟ ਦੀ ਬਕਾਇਆ ਨੌਕਰੀ ਜਿਤਨੇ ਅਜ਼ਾਦਾਰ ਤਸ਼ਰੀਫ ਫਰਮਾ ਹੋ ਤ੍ਰੈ ਮਹਮਲ ਬਸ਼ੀਰ ਮੁਹਾਰੀ ਸ਼ਹਦਾਦ ਸਰ ਲੁੱਟਿਆ ਕਾਫਲਾ ਮਦੀਨੇ ਦੇ ਬਾਹਰੋਂ ਆਇਆ ਆਲੀ ਹੁਸੈਨ ਜ਼ਖਮੀ ਉਂਗਲੀਆਂ ਮੱਥੇ 'ਤੇ ਰੱਖ ਕੇ ਦੀ ਸਜਾਦ ਇਹ ਕਿਹੜਾ ਸ਼ਹਿਰ ਏ ਵਾਹ ਬਈ ਵਾਹ ਬਲਾ ਹੈ ਕਰ ਕੇ ਰੋਣ ਵਾਲੇ ਮੈਂ ਸਦਕੇ ਜਾਵਾਂ ਰੁਨੇ ਸਜਾਦ ਅੰਮਾ ਤੁਹਾਨੂੰ ਪਤਾ ਨਹੀਂ ਇਹ ਕਿਹੜਾ ਸ਼ਹਿਰ ਏ ਮਹਮਲ 'ਚੋਂ ਠੱਡਾ ਸਾਹ ਬਰ ਕੇ ਦੀ ਮਜਬੂਰੀ ਸੁਣ ਤੇਰੇ ਬਾਬੇ ਦੀਆਂ 13 ਜ਼ਰਬਾਂ ਦੇ ਬਾਅਦ ਪੌਣੇ 2 ਸਾਲ ਤੇਰੇ ਬਾਬੇ ਦੇ ਕਾਤਲਾਂ ਆਲੀਆਂ ਨੂੰ ਇਤਨਾ ਜਗਾਇਆ ਏ ਮੇਰੀ ਅੱਖਾਂ ਦੀ ਬਿਨਾਈ ਮੁੱਕ ਗਈ ਏ ਮਰਹਬਾ ਮਰਹਬਾ ਸਦਕੇ ਹੋ ਜਾਵਾਂ ਅੰਮਾ ਜੇ ਨਹੀਂ ਪਤਾ ਲੱਗਾ ਨਾ ਜਿੱਥੇ ਹੁਣ ਤੁਹਾਡਾ ਮਹਮਲ ਆਇਆ ਹੈ 28 ਰਜਬ ਦੀ ਬੁੜਦੀ ਸ਼ਾਮ ਅਕਬਰ ਇੱਥਾਂ ਹੀ ਮਗਰਬ ਦੀ ਅਜ਼ਾਨ ਦਿੱਤੀ ਆਈ ਉਹ ਮੈਂ ਸਦਕੇ ਜਾਵਾਂ ਮੇਰੇ ਨਾਨੇ ਦਾ ਸ਼ਹਿਰ ਆ ਗਈ ਹੈ ਬਸ਼ੀਰ ਮੁਹਾਰੀ ਨੂੰ ਆਖ ਐਲਾਨ ਕਰੇ ਮਦੀਨੇ ਦੇ ਸਰਦਾਰ ਵਤਨ 'ਤੇ ਵੱਲ ਲੈਣ ਬਾਬਾ ਜਿਹੜਾ ਪਿੰਨਣ ਦੀ ਨੀਅਤ 'ਤੇ ਆਉਂਦਾ ਹੈ ਵਾਅਦਾ ਕਰੇ ਨਾ ਸੈਯਦਾਂ ਦੂਰ ਦਾ ਮੁਸਾਫਿਰਾਂ ਹਰ ਬੰਦੇ ਦੀ ਇਬਾਦਤ ਹੋਵੇ ਸੀ ਜਿਤਨੇ ਹੈ ਕਰਕੇ ਰੋਂਦੇ ਪਏ ਐਲਾਨ ਹਰ ਕੈਂ ਸੁਣੇ ਜਿਵੇਂ 9 ਸਾਲਾਂ ਦੀ ਹੁਸੈਨ ਦੀ ਬੁੱਢੜੀ ਧੀ ਸੁਣੇ ਨਾ ਮਰਹਬਾ ਮਰਹਬਾ ਇੰਝ ਐਲਾਨ ਨੌਕਰ ਬਾਬਾ ਲਖਵਾਰੀ ਅੱਗਾਂ ਐਲਾਨ ਹਰ ਕੈਂ ਸੁਣੇ ਜਿਵੇਂ 9 ਸਾਲਾਂ ਦੀ ਹੁਸੈਨ ਦੀ ਬੁੱਢੜੀ ਧੀ ਸੁਣੇ ਨਾ ਇੰਝ ਕਹਿ ਨਹੀਂ ਸੁਣਾ ਤੜੇ ਕਿ ਉੱਠੀਏ ਚਾਚਾ ਮੁਹੰਮਦ ਅਨਫੀਆ ਹਜ਼ਾਰ ਤੂੰ ਮੇਰੀ ਜ਼ਿਆਦਾ ਸ਼ਗਿਰਦ ਏ ਜੱਦਣ ਦਾ ਬਾਬਾ ਟੁਰਾ ਮੈਂ ਉਹਨਾਂ ਨੂੰ ਫਿੱਕਾ ਦਾ ਦਰਸ ਦਿੱਤਾ ਹੈ ਅੱਜ ਮੇਰੀਆਂ ਸਾਰੀਆਂ ਸ਼ਗਿਰਦਾਨ ਬੁਲਾਓ ਮੈਂ ਹੁਕਮ ਦੇਣੀ ਆ ਮੁਹੰਮਦ ਅਨਫੀਆ ਐਲਾਨ ਕਰਾਇਆ ਹਜ਼ਾਰ ਸ਼ਗਿਰਦ ਇਕੱਠੀ ਹੋ ਕੇ ਬਤੂਲ ਦੀ ਹਵੇਲੀ ਏ ਚਾਹੀਆਂ ਹੈ ਕਰ ਸਕਦੇ ਤਾਂ ਮੈਡੋ ਦੇਖੇ ਮੇਰੀ ਸੈਣ ਹੁਕਮ ਦਿੱਤਾ ਇਹ ਦਰ ਲਹਾਓ ਮੇਰੀ ਸ਼ਗਿਰਦਾਨ ਤੁਹਾਨੂੰ ਪਈ ਦੱਸੇਂਦੀਆਂ ਇੱਥੇ ਸੇਜ ਬਣਾਓ ਇੱਥੇ ਬਹਿਸਾਂ ਅਕਬਰ ਨੂੰ ਵਾਹ 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 ਨਾ ਥੱਕਣ ਵਾਲੀ ਕੌਮ ਸਦਕੇ ਹੋ ਜਾਵਾਂ ਰੋਣ ਵਾਲੇ ਦਾ ਨੌਕਰਾਂ ਮੈਂ ਸਦਕੇ ਬਾਬਾ ਲੱਖ ਵਾਰੀ ਆਕਾਂ ਇੱਥੇ ਬਹਿਸਾਂ ਅਕਬਰ ਨੂੰ ਨਾਲ ਬਹਿਸਾਂ ਅਕਬਰ ਦੀ ਬੰਦਰੀ ਨੂੰ ਬਾਬਾ ਵਿਆਹ ਸ਼ਾਹ ਜੀ ਇਸ ਜੁਮਲੇ ਵਾਸਤੇ ਮੈਂ ਮਿਹਨਤ ਕਰ ਰਿਹਾ ਠੱਡਾ ਸਾਹਿਬ ਵਰਕ ਦੀ ਸ਼ਗਿਰਦਾਨ ਮੈਂ ਤੁਹਾਨੂੰ ਪਈ ਦੱਸੇਂਦੀ ਹਾਂ ਪੀਰਾਂ ਨਾਲ ਨਾ ਬੁਲੇ ਸਾਂ
ਬਿਰਾ ਦੀ ਬੰਦਰੀ ਨਾਲ ਭੁੱਲੇ ਸਾਂ, ਸ਼ਗਿਰਦਾਨ ਪਿਟਕਿਆ ਦਿਨ ਸਹਿਣ, ਏਡੀ ਜੁਦਾਈ ਦੇ ਬਾਅਦ ਮੋੜੀ ਨਾ ਭੁੱਲੇ ਸੈਂ। ਬੀਬੀ ਆਦੀ ਹੇ ਹੋ ਜਿਹਦਾ ਜਿਹੜਾ ਬਿਰਾ ਦੀ ਬੰਦਰੀ ਕਰੇ ਸੀ, ਮੇਰੇ ਬਿਰਾ ਦੀ ਸਫਾਰਿਸ਼ ਵੱਤ ਮੈਂ ਭੱਜ ਪੋ ਸਾਂ, ਅਕਬਰ ਦੇ ਗੱਲ 'ਚ ਬਾਹਾਂ ਚੱਪੇ ਸਾਂ, ਆਖ ਸਾਂ ਏਡੀ ਜੁਦਾਈ ਜੁਦੀਤੀ ਹੋਈ, ਥੋੜ੍ਹਾ ਜਿਹਾ ਸਰ ਤੋਂ ਕੱਪੜਾ ਲਹਾ ਵੇਖ ਭੈਣ ਬੁੱਢੜੀ ਹੋ ਗਈ ਹੈ। ਮਰਹਬਾ ਮਰਹਬਾ ਹੁਣ ਰੁਨਿਓ ਜਿਵੇਂ ਅਤਾ ਆਈ, ਸਦਕੇ ਜਾਵਾਂ ਰੋਣ ਵਾਲੇ ਦਾ ਨੌਕਰ ਹਾਂ, ਵੇਖ ਭੈਣ ਬੁੱਢੜੀ ਹੋ ਗਈ ਹੈ, ਖਤਮ ਮੇਰੇ ਹੋ ਗਈ ਮੇਰੇ ਹਿੱਸੇ ਦੀ ਨੌਕਰੀ। ਚਾਚਾ ਮੁਹੰਮਦ ਅਨਫੀਆ ਤੋੜੇ ਅਕਬਰ ਸ਼ਾਦੀ 'ਤੇ ਨਹੀਂ ਬੁਲਾਇਆ, ਉਹ ਵੀਰਾ ਏ ਮੈਂ ਭੈਣਾ, ਮੇਰੇ ਦਿਲ ਦੀ ਹਸਰਤ ਏ ਅਕਬਰ ਦਾ ਟੁਰ ਕੇ ਇਸਤਕਬਾਲ ਕਰੇਂਦੀਆਂ। ਦੋ ਬੀਬੀਆਂ ਤਿਆਰ ਹੋਈਆਂ, ਅੱਬਾਸ ਦੀ ਮਾਂ ਅਕਬਰ ਦੀ ਭੈਣ, ਮੇਰੀ ਪੂਰੀ ਜ਼ਾਕਰੀ 'ਚ ਇਸ ਤੋਂ ਦੁੱਖਾ ਜੁਮਲਾ ਕੋਈ ਨਹੀਂ, ਤੂੰ ਇਸ ਵੇਲੇ ਝੋਲੀ ਫਲਾ ਕੇ ਹੈ ਨਾ ਕਰੇ ਤੇਰਾ ਆਪਣਾ ਨਸੀਬ। ਅੱਬਾਸ ਦੀ ਮਾਂ ਦੀ ਉਮਰ 90 ਸਾਲ, ਅਕਬਰ ਦੀ ਭੈਣ ਦੀ ਉਮਰ 9 ਸਾਲ, ਭਾਈ ਜਾਨ ਫਰਕ ਬੜਾ ਹੀ, ਜਾਂਦੀ ਉਮਰ 90 ਸਾਲ ਆਈ ਬਗੈਰ ਸਹਾਰੇ ਦੇ, ਜਾਂਦੀ ਉਮਰ 9 ਸਾਲ ਆਈ ਦੋ ਸੋਟੀਆਂ ਦੀ ਟੇਕ ਦੇ। ਵਾਹ 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 ਵਾਹ, ਸਦਕੇ ਹੋ ਜਾਵਾਂ। ਤੁਰਨਾ ਸ਼ੁਰੂ ਕੀਤਾ ਅਕਬਰ ਦੀ ਭੈਣ, ਰਸਤੇ 'ਤੇ ਪਹੁੰਚੀ ਅਤੇ ਰਾਹ 'ਤੇ ਪਈ ਨਿਗਾਹ, ਯਕਦਮ ਕਦਮ ਰੁਕ ਗਏ, ਹਜ਼ਾਰ ਸ਼ਗਿਰਦ ਪਰਦੇ ਬਣਾਉਣ ਲਈ ਰੁਕ ਪਈਆਂ। ਮੁਹੰਮਦ ਅਨਫੀਆ ਘੋੜਾ ਭਜਾ ਕੇ ਪਿੱਛੇ, ਮੇਰੀ ਧੀ ਘਰ ਨਹੀਂ ਇਹ ਰਾਹ ਹੈ, ਰਸਤੇ 'ਚ ਰੁਕਣ ਦੀ ਵਧਾਂ। ਚਾਦਰ 'ਚੋਂ ਹੱਥ ਬੰਨ ਕੇ ਆਦੀ, ਚਾਚਾ ਜੱਦਣ ਦਾ ਬਾਬਾ ਟੁਰਿਆ ਹੈ, ਮੈਂ ਤੁਹਾਡੇ ਕੋਲ ਕੁਝ ਨਹੀਂ ਮੰਗਿਆ, ਅੱਜ ਪੇ ਮੰਗਦੀ ਹਾਂ, ਮੈਨੂੰ ਖਾਲੀ ਨਾ ਵੱਲਾਂ ਮੈਂ। ਮੁਹੰਮਦ ਅਨਫੀਆ ਦਾ ਮੰਗ, ਮੈਂ ਕੋਈ ਗਰੀਬ ਹਾਂ। ਚਾਚਾ ਘੋੜਾ ਇਸ ਵਾਸਤੇ ਭਜਾਈ ਵਧਿਓ, ਮੇਰੀ ਇੱਜ਼ਤ ਦੀ ਖਾਤਰ ਲੋਕ ਵਧਿਓ ਹਟੈਂਦੇ। ਹਾਂ ਮੇਰੀ ਧੀ, ਠੱਡਾ ਸਾਹ ਭਰ ਕੇ ਆਦੀ, ਮਿੰਨਤ ਪਈ ਕਰੇਂਦੀਆਂ, ਜਿਹੜਾ ਹੁਣ ਸਾਡੇ ਰਾਹ 'ਤੇ ਆਇਆ ਬੈਠਾ ਹੈ, ਇਹਨੂੰ ਸਾਡੇ ਰਾਹ ਤੋਂ ਉਠਾਵੇਂ ਸਹੀ, ਇਹਨੂੰ ਜੀਣਾ ਕਿ ਨਾ ਦੇਵੇਂ। ਹਾਏ ਹਾਏ, ਸਦਕੇ ਹੋ ਜਾਵਾਂ, ਨੌਕਰ ਬਾਬਾ ਲਖਵਾਰੀ ਅਗਾਂ, ਉਠਾਵੇਂ ਸਹੀ, ਇਹਨੂੰ ਝਿਣਕ ਨਾ ਦੇਵੇਂ, ਕਿਉਂ ਅੱਜ ਨਬੀ ਦੀ ਸਫਾਰਿਸ਼ ਚਾਚਾ ਕਦਾਈ ਨਾ ਕਰਾਂ। ਹਾਂ ਜਿੱਦਾਂ ਕੰਡ ਵਾਲੇ ਪਾਸੇ ਨਿਗਾਹ ਕਰੇਂਦੀਆਂ, ਮੈਨੂੰ ਸਾਗੀ ਵਿਰਾ ਸਜਾਦ ਨਜ਼ਰ ਆਉਂਦਾ ਹੈ। ਇੱਥੋਂ ਵਹਿਣ ਸ਼ੁਰੂ, ਇੰਤਜ਼ਾਰ ਖਤਮ। ਮੁਹੰਮਦ ਅਨਫੀਆ ਘੋੜਾ ਭਜਾਇਆ, ਸੈਯਦ ਸਜਾਦ ਦੇ ਕਰੀਬ ਆਇਆ, ਜੇ ਸਾਰਾ ਮਜਮਾ ਤਵੱਜੋ 'ਚ ਬੈਠਾ ਤਾਂ ਪਿੰਨੀ ਹੋਈ ਖੈਰਾਤ ਦੇ ਚੰਦ ਲਫ਼ਜ਼ਾਂ ਦਾ ਗਰਦਨ 'ਤੇ ਪਈ ਹੈ ਨਿਗਾਹ। ਠੱਡਾ ਸਾਹ ਭਰ ਕੇ ਮੁਹੰਮਦ ਅਨਫੀਆ ਦਾ, ਮੈਂ ਸਦਕੇ ਜਾਵਾਂ, ਇਹਦੀ ਤਾਂ ਗਰਦਨ ਜ਼ਖਮੀ ਹੈ, ਹੱਥਾਂ 'ਤੇ ਪਈ ਹੈ ਨਿਗਾਹ, ਇਹਦੇ ਤਾਂ ਹੱਥ ਜ਼ਖਮੀ ਹਨ, ਪੈਰਾਂ 'ਤੇ ਪਈ ਹੈ ਨਿਗਾਹ, ਇਹਦੇ ਤਾਂ ਪੈਰ ਜ਼ਖਮੀ ਹਨ, ਘੋੜੇ ਨੂੰ ਚੱਕਰ ਦਿੱਤਾ, ਚਿੱਟੀ ਦਾੜੀ 'ਤੇ ਪਈ ਹੈ ਨਿਗਾਹ। ਮਦੀਨੇ ਦੇ ਬਾਹਰੋਂ ਮੁਹੰਮਦ ਅਨਫੀਆ ਦਾ ਠੱਡਾ ਸਾਹ ਨਿਕਲਿਆ, ਉੱਚਾ ਵਹਿਣ ਕਰਕੇ ਆਦਾ, ਬੁੱਢੜਾ ਜ਼ਈਫ ਮੇਰਾ ਸਲਾਮ ਹੋਵੀ। ਚਾਚਾ ਬਾਜ਼ਾਰ 'ਚ ਕਾਂ ਬੁੱਢੜਾ ਸਾਡਾ ਇੰਜ ਨਹੀਂ ਰੁੰਨਾ, ਜਿੱਦਾਂ ਸੱਕੇ ਚਾਚਾ ਬੁੱਢੜਾ ਸਾਡਾ ਵਾ, ਤਾਂ ਰੱਤ ਟਿੱਪੇ ਮਾਰ ਕੇ ਡੱਠੀਏ। ਪੁੱਤਰ ਬਾਕਰ ਦਾ ਸਹਾਰਾ ਲੈ ਕੇ ਉੱਤਾਂ ਵੇਖ ਕੇ ਫਰਮਦੇ, ਜਵਾਨ ਚਾਚਾ ਮੈਂ ਗਰੀਬ ਦਾ ਹੀ ਸਲਾਮ ਹੋ। ਮਰਹਬਾ ਮਰਹਬਾ, ਸਦਕੇ ਹੋ ਜਾਵਾਂ, ਹੁਣ ਰੁੰਨਿਓ ਜਿਵੇਂ ਅਤਾ ਆਈ, ਖਤਮ ਹੋ ਗਈ ਮੇਰੇ ਹਿੱਸੇ ਦੀ ਨੌਕਰੀ। ਰਾਹਗੀਰ ਮੁਸਾਫਿਰ, ਮੈਂ ਜ਼ਿਆਦਾ ਦੇਰ ਇੱਥੇ ਖੜ ਨਹੀਂ ਸਕਦਾ, ਬਸ ਮੇਰੀ ਆਖਰੀ ਗੱਲ ਏ, ਇਹ ਰਾਹ ਛੋੜ। ਜੀ ਨਾ ਹਾਈ ਨਹੀਂ ਕੀਤੀ, ਸੱਕਾ ਚਾਚਾ ਬਤਰੀਜਨ ਪਿਆ ਦਾ, ਇਹ ਰਾਹ ਛੋੜ। ਸੈਯਦਾ ਦਾ ਚਾਚਾ ਨਾ ਉਠਾ, ਬੜੀ ਮੁੱਦਤ ਦੇ ਬਾਅਦ ਆਪਣੀ ਮਰਜ਼ੀ ਨਾਲ ਮੈਂ ਅੱਜ ਬੈਠਾ। ਮਰਹਬਾ ਮਰਹਬਾ, ਸਦਕੇ ਹੋ ਜਾਵਾਂ, ਕਿਉਂ ਬਿਮਾਰ ਤੈਨੂੰ ਬਾਣ ਕੋਈ ਨਹੀਂ ਦਿੰਦਾ, ਚਾਚਾ ਜਿੱਥੇ ਬਾਂਦਾਂ ਵੀਰਾਂ ਦੇ ਕਾਤਿਲ ਉਠਾ ਛੁੜੇਂਦੇ, ਬਿਮਾਰ ਤੈਨੂੰ ਕਦਾ ਹੀ ਨਾ ਉਠਾਵਾਂ, ਮੇਰੀ ਵੱਡੀ ਮਜਬੂਰੀ ਹੈ, ਮੈਂ ਇਕੱਲਾ ਨਹੀਂ, ਮੇਰੇ ਨਾਲ ਸਜਾ ਦੀ ਭੈਣ ਆਈ। ਵਾਹ 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 ਵਾਹ, ਹੱਥ ਚਾਵੇਂ ਮਾਤਮੀ, ਸਦਕੇ ਹੋ ਜਾਵਾਂ, ਰੋਣ ਵਾਲੇ ਦਾ ਨੌਕਰਾਂ। ਉਸ ਵੇਲੇ ਸਜਾਦ ਰੁਨਾ, ਚਾਚਾ ਕੱਲਾ ਮੈਂ ਵੀ ਨਹੀਂ, ਮੇਰੇ ਨਾਲ ਗਾਜ਼ੀ ਦੀ ਭੈਣ। ਵਾਹ 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 ਵਾਹ, ਸਦਕੇ ਹੋ ਜਾਵਾਂ, ਸਜਾਦ ਇਤਨਾ ਰੁਨਾ, ਜੋਲੀ ਹੰਝੂਆਂ ਨਾਲ ਪੁੱਸ ਗਈ। ਮੁਹੰਮਦ ਅਨਫੀਆਂ ਦੇ ਵੱਡੀ ਮਜਬੂਰੀ ਏ, ਉਹ ਕੁਝ ਦੇਰ ਇੱਥਾਂ ਟਿਕ ਨਹੀਂ ਸਕਦੀ, ਖਲੋਣ ਦੀ ਹੇਲਕ ਕੋਈ ਨਹੀਂ। ਸਜਾਦ ਦਾ ਚਾਚਾ ਖਲੋਤੀ ਤਾਂ ਗਾਜ਼ੀ ਦੀ ਭੈਣੀ ਕਦੋਂ ਹੀ ਨਹੀਂ, ਯਜ਼ੀਦ ਦਰਬਾਰ ਆਈ 95 ਘੰਟੇ ਦੀ ਪੇਸ਼ੀ ਆਈ, ਆਦੀ ਆਈ ਬੱਤੀਆਂ ਬੁਝਾਵੋ, ਮੈਂ ਨਮਾਜ਼ੀ ਦੀ ਭੈਣ।
या हुसैन या हुसैन सदके हो जावा जी बाबा लख वारी आखा। उस वेले मुहम्मद नफिया दा जानदा जुनिवें मैं अली दा पुत्रा, अगर धी दा हुक्म न होया मैं तेनों अपने तरीके नाल उठावा। बेहल दी नगरी झोली फैला के रोवण वाला मोमिन जद आकस मैं तरीके नाल उठावा। हकल मार के दा बाकर बचड़ा मेरी कांड तू चोला चा, पुत्र चोला चाया नहीं जख्मा तू चोला छुड़ाया। मुहम्मद हनफिया जान पिए हाथ बन किया दे इंज लगदा तड़े छुड़ावण वाला कोई नहीं। चाचा लगा मारण वाले हैं कला मरी जन। मरहबा मरहबा सदके हो जावा। राहगीर तेनों उठेंदा नहीं, एक मेहरबानी लाओ जिथे बैठे इथाई चेहरे दा रुख मोड़। सखी सजा दी भैण परदे बना के लघवे दी। जड़ा बंदा दा मजले से जाना मैनू रोवन नहीं आंदा। इंसाफ तेरे ते अल्लाह दी पूरी कैनात च पहला रिश्ता है। सका भीरा कांड कीती बैठे ते सकी भैन परदे बनाई आंदी है। जदा सजाओ दी कांड आले पासू पई गुजरदी आई, चाचा सही सजाद मुड़ के डिठे त्रिखे कदमा ते पई है निगाह। हकल मार के फरमंद भैन जद किते तिखी पे टुरदी है उनू बरछी खा गई। ओ बलिया कोई नी वी ओ कर बल। या हुसैन सतहरा कदमा ते पहुंची है मुहम्मद बाकर दामन च हाथ पाया है। चिणक दे के आदिए छोड़ मेरा दामन तैनू पता नहीं मैं गाजी दी भतरी जी हाँ। बाकरा दा सुजान तेडा भतरी जा बाकरा पेट के आदिए तू तवाला है। मेरे बाबे दी पाग दा वारे सजाद क्यों नहीं आया। बाकरा दा जंद कोल परदे बना के लंगाई है। ओह मेरा गरीब बाबा अल्लाह गवे भाज पई सजाद कोलू आके जान पई है। हाथ बन के आदिए भैन माफी मंगना है। भैन सुजाता कोई नहीं वी सजाद दे हां भैन मौत मारे नु सुजने दई कोई नहीं। सजाद की मैं सुनाना जदा टुरिया में तेरी दाढ़ी काली आई कमर सीधी आई हूं क्या पेड़े दिया तेरी दाढ़ी सफेद हो गई। सजाद दा बैन क्या दसावा डिठा दाज लुटी दो हायो कुबरा दा मेरी दाढ़ी रंग बदला गई डिठे नच दे कद। इंज नहीं भाई जी व्याता आई उंजी तैयारी करा। सजान ने पूछ दी मेरा बाबा हुसैन कन गिया अल्लाह दा नाई दसा जड़े वेले सारे कुछ दे रहे। मेरी मां रुबा मर गई या हल्ला टुर गई। ओ जड़ी धुप ते बैठी तेरी मां रुबा वे सजा दे मेरी मां है ते तू मैं को दसा क्यों झोलिए खाली। मैडी अमड़ी दी मैडा कन गया या सगार वीरे जहरी प्यो। अल्लाह लानतुल्लाह कौम जालिमीन।